ਕਿਦਾਂ ਦੋਸਤੋ, ਕੀ ਹਾਲ ਚਾਲ? ਮੇਰੇ ਨਾਲ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰਿਆਂ ਦਾ ਥੈਂਕ ਯੂ, ਵੀਡੀਓ ਨੂੰ ਲਾਈਕ ਕਰ ਰਹੇ ਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਵਧੀਆ ਵਧੀਆ ਵੀਡੀਓ ਰਿਕਮੈਂਡ ਕਰ ਰਹੇ ਹੋ, ਇੰਨਾ ਪਿਆਰ ਤੇ ਇੰਨਾ ਸਪੋਰਟ ਲਈ ਥੈਂਕਸ। ਸੋ ਇੰਜ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ ਤੇ ਵਧੀਆ ਵਧੀਆ ਕਮੈਂਟ ਕਰਦੇ ਰਹੋ। ਬਾਕੀ ਯਾਰ, ਵੀਡੀਓ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ, ਪਲੀਜ਼ ਯਾਰ ਸ਼ੇਅਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ, ਵਟਸਐਪ ਗਰੁੱਪਸ ਵਿੱਚ, ਫੇਸਬੁੱਕ ਵਿੱਚ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ, ਆਪਾਂ 50,000 ਸਬਸਕ੍ਰਾਈਬਰ ਦਾ ਮਾਰਕ ਜਲਦੀ ਅਚੀਵ ਕਰ ਸਕੇ, ਹਜੇ 25,000 ਹੀ ਹੋਏ ਆ। ਸੋ ਪਲੀਜ਼ ਯਾਰ ਸ਼ੇਅਰ ਜ਼ਰੂਰ ਕਰਿਆ ਕਰੋ, ਤੁਹਾਡੇ ਭਰਾ ਨੂੰ ਸਪੋਰਟ ਦੀ ਜ਼ਰੂਰਤ ਹੈ। ਸੋ ਪਲੀਜ਼ ਯਾਰ ਸਪੋਰਟ ਕਰੋ। ਬਾਕੀ ਜਿਹੜੀ ਅੱਜ ਦੀ ਵੀਡੀਓ ਹੈ ਜੀ, ਲਿਵਿੰਗ ਲੈਜੈਂਡ ਅਮਨੁੱਲਾ ਖਾਨ ਜੀ ਦੀ ਵੀਡੀਓ ਤੇ ਰਿਐਕਸ਼ਨ ਦਿਆਂਗੇ, ਕਾਮੇਡੀ ਕਿੰਗ ਨੇ। ਸੋ ਉਹਨਾਂ ਦੇ ਸਟੇਜ ਡਰਾਮਾ ਹੈ ਜੀ ਸ਼ਾਬਾਸ਼ ਬੇਗਮ। ਸੋ ਜੋ ਪੁਰਾਣੇ ਟਾਈਮ ਦੀ ਕਾਮੇਡੀ ਹੁੰਦੀ ਸੀ ਨਾ, ਉਹ ਅੱਜ ਤੱਕ ਮਤਲਬ ਕਿ ਇੱਕ ਫੈਮਿਲੀ ਨਾਲ ਦੇਖ ਸਕਦੇ ਸੀ, ਹੁਣ ਦੀ ਥੋੜੀ ਕਾਮੇਡੀ ਡਬਲ ਮੀਨਿੰਗ ਹੋ ਗਈ ਹੈ, ਤੇ ਜਿਹੜੇ ਪੁਰਾਣੀ ਕਾਮੇਡੀ ਦਾ ਸਟੈਂਡਰਡ ਸੀ ਕਾਫੀ ਹਾਈ ਸੀ। ਤੇ ਚਲੋ ਵੀਡੀਓ ਵੇਖਦੇ ਹਾਂ ਤੇ ਬਾਕੀ ਗੱਲਾਂ ਕਰਦੇ ਹਾਂ ਵੀਡੀਓ ਤੋਂ ਬਾਅਦ, ਤੇ ਪਰਫਾਰਮੈਂਸ ਉਹਨਾਂ ਦੀ ਇੰਜੋਏ ਕਰਦੇ ਹਾਂ। ਲੈਟ ਸਟਾਰਟ। ਸਾਨੂੰ ਕਿਹੜਾ ਕੰਮ ਹੈ, ਹੋਰ ਕੋਈ ਪਾਕਿਸਤਾਨੀ ਨੂੰ ਜਿੱਥੇ ਮਰਜ਼ੀ ਲੈ ਚੱਲ। ਤੁਹਾਡਾ ਜੰਨਤ ਇਧਰ ਹੈ। ਚਲੋ ਤੁਹਾਨੂੰ ਤਾਂ ਠੰਡ ਪਈ ਨਾ, ਖੜਾ ਹੋ ਜਾਓ। ਖੜਾ ਹੋ ਗਿਆ, ਡਾਂਸ ਕਰਕੇ ਦਿਖਾਓ ਡਾਂਸ। ਅੱਲਾ ਦੀ ਮਖਲੂਕ ਨੂੰ ਖੁਸ਼ ਕਰਨ ਵਾਸਤੇ
ਤੇ ਕੀ ਮੈਨੂੰ ਕੁੱਤਾ ਬਣਨਾ ਪਵੇ ਮਨਜ਼ੂਰ ਹੈ। ਹਜ਼ਰਤ ਬਾਬਾ ਡਾਕਟਰ ਫਕੀਰ ਮੁਹੰਮਦ ਸਾਹਿਬ ਫਰਮਾਉਂਦੇ ਨੇ ਗੁਜਰਾਂ ਵਾਲੇ ਵਾਲੇ ਆਪਣੀਆਂ ਕਿਤਾਬਾਂ 'ਚ, ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ, ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ, ਕੋਲ ਹੋਵੇ ਤੂੰ ਹੱਸਣ ਸਾਰੇ ਨਾ ਹੋਵੇ ਤੇ ਰੋਣ। ਤੂੰ ਹਮਾਰੇ ਵਾਸਤੇ ਕੀ ਕਰ ਸਕਦੀ ਹੈ? ਤੇਰੇ ਵਾਸਤੇ ਮੈਂ ਆਪਣੇ ਅੱਬੇ ਦੇ ਹੱਥੀ ਪੈ ਸਕਦਾ? ਦੱਸ ਹੁਣ ਅਸੀਂ ਵੱਡੇ ਹੋ ਗਏ, ਹੁਣ ਮਾਂ ਪਿਓ ਦੀ ਕੋਈ ਪਰਵਾਹ ਨਹੀਂ। ਇਹੋ ਜਿਹੀ ਬੀਵੀ ਹੋਵੇ ਨਾ ਤੇ ਮਾਂ ਪਿਓ ਦੇ ਅੱਗੇ ਮੁੰਡੇ ਨੀ ਬੋਲਦੇ, ਬੀਵੀ ਨੂੰ ਕਹਿੰਦੇ ਮਗਰੋਂ ਲੱਤ ਜਿਵੇਂ ਮੇਰਾ ਮਾਂ ਪਿਓ ਆਉਂਦਾ ਉਂਝ ਕਰ। ਤੇ ਇਹੋ ਜਿਹੀ ਖੂਬਸੂਰਤ ਬੀਵੀ ਹੋਵੇ ਤੇ ਮਾਂ ਪਿਓ ਦੇ ਸਾਹਮਣੇ ਖਲੋ ਜਾਂਦੇ। ਆਪਾਂ ਕੀ ਹੋਇਆ ਐਵੇਂ? ਕਿਉਂਕਿ ਬਾਈ ਹੁੰਦੇ ਉੱਤੇ ਜਾ ਕੇ ਇਸ਼ਾ ਪੜੋ ਆਰਾਮ ਨਾਲ ਬੈਠੋ, ਚਲੋ ਗੱਲ ਕਰ ਲਓ ਨਹੀਂ ਅਸੀਂ ਮਿਲੂਗੀ ਕਿੱਥੋਂ ਫਿਰ। ਔਰ ਕੀ ਕਰ ਸਕਦੀ ਹੈ? ਔਰ ਤੂੰ ਆਪੇ ਨਿਬੜਨਾ ਹੋਣਾ ਨਾ। ਤੂੰ ਖੁਦ ਕਰੋ। ਖੁਦ ਕਰੂੰ? ਓਏ ਓਏ ਖੁਦਾ ਦਾ ਖੌਫ ਖਾ, ਅੱਲਾ ਨੇ ਹੁਸਨ ਦਿੱਤਾ ਤੇ ਚੜ ਕੇ ਫਿਰ ਤੁਰ, ਐਂ ਨਾ ਕਰ, ਤੇਰਾ ਕੁਛ ਨਹੀਂ ਜਾਣਾ, ਤੂੰ ਤੇ ਆਪਣੇ ਘਰ ਤੁਰ ਜਾਣਾ। ਮੁੰਡੇ ਰਾਤ ਨੂੰ ਪਾਗਲ ਹੋ ਕੇ ਖੰਭੇ ਗਿਣਦੇ ਆ, 33, 34, 35, 36, 37, 38। ਮੇਰੇ ਘਰ ਚੱਲ ਕੇ ਵੇਖ, ਹਰ ਕਮਰੇ ਚ ਮੁਸੀਬਤਾਂ ਦੇ ਪੱਖੇ ਲੱਗੇ ਆ। ਮੈਂ ਤੇ ਟਾਈਮ ਪੀਸ ਵੀ ਉੱਥੋਂ ਲਾ ਕੇ ਲਿਆਉਣਾ, ਮੈਂ ਤੇ ਜੁੱਤੀਆਂ ਉੱਥੋਂ ਤੱਕ ਲਿਆਉਣਾ। ਵੈਸੇ ਤੂੰ ਚੌਕੀਦਾਰਾ ਕਰੇ ਨਾ ਚੌਕੀਦਾਰਾ, ਖੁਦਾ ਦੀ ਕਸਮੇ ਚੋਰੀਆਂ ਹੀ ਨਾ ਹੋਣ ਮਹੱਲਿਆਂ 'ਚ। ਉਹ ਕੈਸੇ? ਕੋਈ ਸੋਵੇਗਾ ਤੇ ਫੇਰ ਹੋਏਗੀ ਨਾ, ਹਰ ਇੱਕ ਨੇ ਕਹਿਣਾ ਇਹ ਚੌਕੀਦਾਰਾ ਇੱਧਰ ਨਹੀਂ ਆਇਆ, ਇੱਧਰ ਨਹੀਂ ਆਇਆ। ਉਹ ਬਕਵਾਸ ਨਹੀਂ ਕਰੋ, ਤੁਮਕੋ ਪਤਾ ਨਹੀਂ ਹਮ ਗੁਲਾਬ ਖਾਨ ਕਾ ਬੇਨ ਹੈ, ਹਮ ਉਸਕੋ ਬਤਾਏਗੀ ਤੁਮਕੋ ਚੋੜੇਗੀ ਨਹੀਂ। ਤੁਮਨੇ ਕਭੀ ਆਪਣਾ ਸ਼ਕਲ ਦੇਖਾ? ਕਾਲਾ ਮੁਸਲੀ ਓਏ ਕੀ ਆਣੀ ਉਹ ਬਾਜੀ ਛੇੜਦੀ ਆ। ਮੈਂ ਤੇ ਮੈਂ
ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀ ਉਹ ਸਭ ਤੋਂ ਘੈਂਟ ਵਾਲਾ ਸੀਨ ਲੱਗਿਆ ਤੇ ਇੱਕ ਜਿਹੜਾ ਮੈਨੂੰ ਸਭ ਤੋਂ ਘੈਂਟ ਸੀਨ ਲੱਗਿਆ ਜਦੋਂ ਕੁੜੀ ਖਿੱਚ ਕੇ ਲੈ ਗਈ ਕਹਿੰਦੀ ਰੁੱਕ ਦੋ ਹੁਣ ਬਾਂਹ ਉੱਤੇ ਕਰਨੀ ਤੇ ਮੈਨੂੰ ਏਦਾਂ ਖਿੱਚ ਕੇ ਲੈ ਗਏ ਜਾ ਸੋ ਮਜ਼ਾ ਆ ਗਿਆ ਵੀਡੀਓ ਵੇਖ ਕੇ ਤੇ ਆਪਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਆਪਾਂ ਇਹ ਸਟੇਜ ਡਰਾਮਾ ਦੀ ਹੋਰ ਵੀਡੀਓ ਲੈ ਕੇ ਆਵਾਂਗੇ ਸੋ 300 ਲਾਈਕ ਦਾ ਟਾਰਗੇਟ ਹੈ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਆਪਾਂ ਇਹੋ ਜਿਹੀਆਂ ਹੋਰ ਕੈਂਟ ਵੀਡੀਓਜ਼ ਲੈ ਕੇ ਆਵਾਂਗੇ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਏਗੀ ਤੇ ਤੁਸੀਂ ਸਾਰੀਆਂ ਮੇਰੀਆਂ ਵੀਡੀਓਜ਼ ਦੇਖ ਸਕੋਗੇ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਬਾਏ ਬਾਏ।